ਮੋਗਾ ਵਿੱਚ ਲੁਧਿਆਣਾ ਰੋਡ 'ਤੇ ਅੱਜ ਇੱਕ ਜ਼ਿੰਦਾ ਬੰਬ ਮਿਲਿਆ ਸੀ। ਬੰਬ ਮਿਲਣ ਦੀ ਖਬਰ ਸੁਣਦਿਆਂ ਹੀ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਸੀ। ਇਸ ਮੌਕੇ 'ਤੇ ਬੰਬ ਨਿਰੋਧਕ ਦਸਤੇ ਦੇ ਨੌਜਵਾਨ ਆਏ ਅਤੇ ਉਹ ਆਪਣੇ ਨਾਲ ਉਸ ਨੂੰ ਲੈ ਗਏ। ਰੋਡ ਸਾਈਡ ਡਿਚ ਦੇ ਵਿੱਚੋਂ ਇਹ ਮਿਲਿਆ ਹੈ, ਅਬਾਊਟ ਅ ਫੁੱਟ ਲੌਂਗ, ਦੇਖਣ ਨੂੰ ਇਹ ਮੋਰਟਾਰ ਸ਼ੈਲ ਹੈ ਜਿਹੜਾ ਕਿ ਲੱਗਦਾ ਹੈ ਪੁਰਾਣਾ ਹੈ, ਬਹੁਤ ਚੰਗਾਲਿਆ ਹੋਇਆ ਹੈ, ਕੋਈ ਨਵੀਂ ਚੀਜ਼ ਨਹੀਂ ਹੈ, ਨਵਾਂ ਨਹੀਂ ਹੈ, ਪੁਰਾਣਾ ਹੈ। ਇੱਦਾਂ ਦੇ ਮੋਰਟਾਰ ਸ਼ੈਲ ਪਹਿਲਾਂ ਵੀ ਕਈ ਜਗ੍ਹਾ ਤੋਂ ਮਿਲਦੇ ਮਿਲਦੇ ਰਹੇ ਨੇ, ਜਿਹੜੇ ਕਿ ਲੋਕ ਸਕ੍ਰੈਪ ਮੰਗਵਾਉਂਦੇ ਨੇ ਬਾਹਰੋਂ, ਉਹਦੇ 'ਚ ਸਕ੍ਰੈਪ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ ਜਿਹਨੂੰ ਬਾਅਦ 'ਚੋਂ ਪੈਨਿਕੀ ਹੋ ਕੇ ਕਿਤੇ ਸੁੱਟ ਸੁੱਟ ਪਾਉਂਦੇ ਆ। ਇਹ ਵੀ ਇੱਦਾਂ ਦਾ ਹੀ ਲੱਗਦਾ ਪਿਆ, ਕਿਉਂਕਿ ਇਹਨੂੰ ਥੱਲੇ ਬੋਰੀ ਹੈ, ਇਹਦੇ ਬੋਰੀ ਵਿੱਚ ਲਪੇਟਿਆ ਹੋਇਆ। ਸੋ ਕਿਸੇ ਲੱਗਦਾ ਇਹ ਹੈ ਕਿ ਕਿਸੇ ਸਕ੍ਰੈਪ ਦੇ ਵਿੱਚ ਆਇਆ ਹੋਏਗਾ, ਅਤੇ ਜਿਨ੍ਹਾਂ ਨੇ ਘਬਰਾ ਕੇ ਇੱਥੇ ਸੁੱਟ ਦਿੱਤਾ, ਪਰ ਫਿਰ ਵੀ ਅਸੀਂ ਡਿਟੇਲ ਇਨਵੈਸਟੀਗੇਸ਼ਨ ਦੀ ਕਰਾਂਗੇ। ਸਰ ਆਸ ਪਾਸ ਅੱਗ ਵੀ ਲੱਗੀ ਹੋਈ ਹੈ ਸਰ? ਅੱਗ ਜਿਹੜੀ ਹੈ, ਜਿਹੜੀ ਬੋਰੀ ਹੈ ਜਿਹਦੇ ਵਿੱਚ ਲਪੇਟਿਆ ਹੋਇਆ, ਉਹਨੂੰ ਅੱਗ ਨਹੀਂ ਲੱਗੀ ਹੋਈ। ਸੋ ਇਹ ਜਿਹੜਾ ਹੈ ਅੱਗ ਦੁਆਲਾ ਸਿਲਸਿਲਾ ਹੈ, ਇਹ ਜਿਹਦੇ ਪਹਿਲਾਂ ਦਾ ਇਹ ਬਾਅਦ ਵਿੱਚ ਲੱਗ ਗਿਆ।